ਪੰਜਾਬ ਜਿਸ ਨਾਲ ਸ਼ੁਰੂ ਤੋਂ ਹੀ ਵਿਤਕਰਾ ਰੱਖਿਆ ਗਿਆ ਇਸ ਵਿਤਕਰੇ ਦਾ ਹਿੱਸਾ ਸੀ ਸਰਕਾਰਾਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਕੀਤਾ ਗਿਆ ਹਮਲਾ ਜਿਸ ਤੋਂ ਬਾਅਦ ਸ਼ੁਰੂ ਹੋਇਆ ਸਿੱਖਾਂ ਦੀ ਨਸਲਕੁਸ਼ੀ ਦਾ ਕਾਲਾ ਦੌਰ ਪੰਜਾਬ ਦੇ ਵਿੱਚ ਕੋਈ ਵੀ 15 ਸਾਲ ਤੋਂ ਲੈ ਕੇ 35 ਸਾਲ ਤੱਕ ਕੋਈ ਵੀ ਕੇਸ਼ਾਧਾਰੀ ਮਿਲਦਾ ਹੈ ਤਾਂ ਉਸਨੂੰ ਠੋਕ ਦਿਓ। ਮੈਂ ਆਉਣ ਵਾਲੇ 20 ਸਾਲਾਂ ਦੇ ਵਿੱਚ ਕੋਈ ਵੀ ਬਰਾਤ ਚੜ੍ਹਦੀ ਨਹੀਂ ਦੇਖਣਾ ਚਾਹੁੰਦਾ। ਤੁਸੀਂ ਫਿਕਰ ਨਾ ਕਰੋ ਮੰਤਰੀ ਸਾਹਿਬ, ਮੈਂ ਪੰਜਾਬ ਵਿੱਚ ਲਾਸ਼ਾਂ ਦੇ ਇੰਨੇ ਢੇਰ ਲਾ ਦੂੰ ਕਿ ਇਹਨਾਂ ਨੂੰ ਸਾੜਨ ਵਾਸਤੇ ਲੱਕੜਾਂ ਨਹੀਂ ਮਿਲਣੀਆਂ। ਲੱਕੜਾਂ ਮੈਨੂੰ ਗਿਰ ਨਾ ਸਮਝੀ ਤੇ ਕੱਲਾ ਕੱਲਾ ਸਿੱਖ ਚੁਣਕੇ ਨਾ ਮਰਿਆ। ਵਾਹਿਗੁਰੂ ਨਾਲ ਮੇਰੇ ਥਾਣੇ ਦਾਰਾ, ਜਿੰਨਾ ਜ਼ੋਰ ਲੱਗਦਾ ਤੇਰਾ ਗੋਰਾ ਗੋਰਾ ਰੰਗ। ਤੇਰੇ ਕਹਿਣ ਦਾ ਮਤਲਬ ਕੀ ਆ? ਉਹ ਬੜੇ ਦਿਨ ਹੋ ਗਏ ਤੇਰੇ ਪਿੱਛੇ ਗੇੜੇ ਮਾਰਦੇ ਨੂੰ, ਇੱਕ ਵਾਰੀ ਹਾਂ ਕਰ ਦੇ। ਬੁੱਧੀ ਵੇਖੀ ਆਪਣੀ, ਬਾਂਦਰ ਜਾਣਾ ਹੋਵੇ ਤਾਂ। ਉਹ ਤੇਰੀ ਇੰਨੀ ਹਿੰਮਤ ਆ ਕਿ ਤੂੰ ਮੇਰੇ ਸਾਹਮਣੇ ਬੋਲੇ? ਅੱਜ ਦੱਸਦਾ ਮੈਂ ਤੈਨੂੰ, ਚੱਲ ਮੈਂ ਕਰਦਾ ਤੇਰੇ ਦਿਮਾਗ ਦੀ ਗਰਮੀ ਦੂਰ ਹੈ। ਬਦਤਮੀਜ਼ੀ ਕਰ ਰਿਹਾ ਸੀ ਇਹਨੇ, ਪਹਿਲਾਂ ਵੀ ਮੇਰਾ ਬਹੁਤ ਵਾਰੀ ਰਸਤਾ ਰੋਕਿਆ, ਅੱਜ ਤਾਂ ਇਹਨੇ ਹੱਦਾਂ ਹੀ ਪਾਰ ਕਰਤੀਆਂ ਵੀਰੇ। ਛੱਡੀ ਨਾ ਇਸਨੂੰ, ਛੱਡੀ ਨਾ ਇਸਨੂੰ। ਕਰਨਾ ਪੈਣਾ ਓਏ ਗਿਆਨੀ, ਕੁੜੀ ਨੂੰ ਮੇਰੇ ਹਵਾਲੇ ਕਰ ਦੇ ਤੇ ਦਫਾ ਹੋ ਜਾ, ਕਿਤੇ ਇਹ ਨਾ ਹੋਵੇ ਵੀ ਤਾਂ ਬਚ ਜੇ ਤੇ ਤੈਨੂੰ ਠੋਕਣਾ ਪੈ ਜੇ। ਓਏ ਤੂੰ ਨੀ ਜਾਣਦਾ ਮੈਂ ਕੌਣ ਆ। ਓਏ ਦੱਸਣ ਦੀ ਲੋੜ ਨਹੀਂ, ਤੇਰੇ ਕਾਰਨਾਮੇ ਦੇਖ ਕੇ ਪਤਾ ਲੱਗ ਗਿਆ ਕਿ ਤੂੰ ਕੌਣ ਹੈ। ਮੇਰੇ
ਭੈਣੇ ਤੂੰ ਚੱਲ ਜ਼ਿੰਮੇਵਾਰੀ ਆਪਣੇ ਸਿਰ ਲੈ ਲਾ ਲੈ ਲੈਣਾ ਮੈਂ ਜ਼ਿੰਮੇਵਾਰੀ ਇਹ ਲੈਣਾ ਕਿ ਇੱਕ ਥਾਣੇਦਾਰ ਨੇ ਹਿੰਦੂ ਲੜਕੀ ਦੀ ਇੱਜ਼ਤ ਨੂੰ ਹੱਥ ਪਾਇਆ ਸੀ ਤੇ ਮੈਂ ਉਹਦੀ ਘੁੱਟ ਘੁੱਟ ਲੱਸੀ ਕਰਤੀ ਖੇਡਣ ਦੀ ਕੋਸ਼ਿਸ਼ ਕਰਦਾ ਸੀ ਤੇ ਮੈਂ ਉਹਨੂੰ ਰੋਕਿਆ ਤੇ ਨਜਾਇਜ਼ ਮੇਰੇ ਤੇ ਪਰਚਾ ਪਾਉਂਦਾ ਸਾਹਿਬ ਇਹਦੇ ਖਿਲਾਫ ਤੁਸੀਂ ਕਾਰਵਾਈ ਕਰੋ ਸਰ ਤੁਹਾਡੇ ਮਹਿਕਮੇ ਨੂੰ ਮਹਿਕਮੇ ਦੇ ਕਲੰਕ ਸਾਹਿਬ ਓਏ ਜਿੱਤੇ ਤੂੰ ਆਰੋਪ ਲਾ ਰਿਹਾ ਤੈਨੂੰ ਪਤਾ ਕੌਣ ਆ ਉਹ ਸੱਜੀ ਬਾਹ ਹੈ ਮੇਰੀ ਗੱਲ ਸੁਣ ਪੰਜੇ ਕਤਲ ਕਬੂਲ ਕਰ ਲਾ ਤੈਨੂੰ ਮੈਂ ਜੇਲ੍ਹ ਚ ਸੈੱਟ ਦੂੰ ਤੇਰੀ ਜਾਨ ਬਾਹਰ ਚ ਨਹੀਂ ਅੱਜ ਰਾਤ ਨੂੰ ਤੇਰਾ ਐਨਕਾਊਂਟਰ ਕਰੂੰ ਮੈਂ ਤੁਸੀਂ ਮੇਰਾ ਐਨਕਾਊਂਟਰ ਹੀ ਕਰ ਦਿਓ ਪਰ ਮੈਂ ਝੂਠ ਨਹੀਂ ਬੋਲਾਂਗਾ ਨਹੀਂ ਬੋਲਾਂਗਾ ਝੂਠ ਓਏ ਮੈਨੂੰ ਹੁਣੇ ਸਾਡੀ ਗੱਡੀ ਚ ਲੈ ਕੇ ਚੱਲੀਏ ਜਨਾਬ ਇਹਨੂੰ ਸਾਲੇ ਨੂੰ ਧੱਕਾ ਚ ਮੈਨੂੰ ਮਜ਼ਾ ਬਹੁਤ ਆਉਂਦਾ ਹੈ ਸਾਰੀ ਦੁਨੀਆ ਦੇ ਸਾਹਮਣੇ ਚਪੇੜੇ ਮਾਰੇ ਸੀ ਇਹਨੇ ਮੈਨੂੰ ਚੰਗੀ ਤਰ੍ਹਾਂ ਇਸ ਨੂੰ ਗੱਲ ਸੁਣ ਇਹਦੇ ਝੱਡੇ ਵਾੜ ਦੇ ਫਿਰ ਅੱਜ ਰਾਤ ਨੂੰ ਮਾਰਾਂਗੇ ਠੀਕ ਹੈ ਜਨਾਬ ਵੱਡਾ ਆਵਾਦੀ ਖੋਲ ਵੱਡੇ ਬੈਲੀ ਦੇ ਚੱਲ ਭੱਜ ਚੱਲ ਭੱਜ ਥਾਣੇਦਾਰ ਗੋਲੀ ਮਾਰੀ ਤਾਂ ਹਿੱਕ ਚ ਮਾਰ ਹਿੱਕ ਚ ਤੈਨੂੰ ਪਤਾ ਨਹੀਂ ਸਿੰਘ ਕਦੇ ਭੱਜਦੇ ਨਹੀਂ ਹੁੰਦੇ
ਬਈ ਕਦੇ ਮੈਨੂੰ ਪਾਲਾ ਬੁੱਚਰ ਮਿਲ ਜੇ ਨਾ ਤਾਂ ਸਾਲੇ ਤੋਂ ਗਣ ਗਣ ਕੇ ਬਦਲੇ ਲਵਾਂ। ਬਾਈ ਗੱਲ ਤਾਂ ਤੇਰੀ ਸਹੀ ਹੈ, ਅੱਜ ਉਹਦੀ ਵਜ੍ਹਾ ਨਾਲ ਆਪਾਂ ਨੂੰ ਜੰਗਲਾਂ 'ਚ ਲੁਕ ਲੁਕ ਕੇ ਰਹਿਣਾ ਪੈ ਰਿਹਾ। ਉਹ ਤੇਰੇ ਵਰਗੇ ਕਈ ਸਿੰਘ ਮੈਂ ਭਜਾ ਭਜਾ ਕੇ ਮਾਰੇ ਆ, ਤੇਰੇ ਤਾਂ ਫਰਿਸ਼ਤੇ ਵੀ ਭੱਜਣਗੇ। ਆਹ ਬਈ ਫੈਰ ਦੀ ਆਵਾਜ਼ ਕਿੱਥੋਂ ਆਈ ਆ? ਥਾਣੇਦਾਰ ਹਵਾ 'ਚ ਫੈਰ ਕਰਕੇ ਕਿਸੇ ਹੋਰ ਨੂੰ ਡਰਾਈ, ਓਏ ਗੋਲੀ ਹਿੱਕ 'ਚ ਮਾਰ ਹਿੱਕ 'ਚ। ਓਏ ਤੇਰਾ ਇਹ ਸ਼ੌਕ ਵੀ ਪੂਰਾ ਕਰ ਦਿੰਦਾ ਓਏ। ਕੰਮ ਕਰਦਾ ਤੇਰਾ ਖੇਤ ਆਪਦਾ? ਹਾਂਜੀ ਮੇਰਾ ਆਪਦਾ ਖੇਤ। ਬੜਾ ਆਕੜ ਆਕੜ ਕੇ ਬੋਲਦਾ, ਮੈਨੂੰ ਤਾਂ ਤੂੰ ਸ਼ਕਲ ਤੋਂ ਹੀ ਅੱਤਵਾਦੀ ਲੱਗਦਾ ਓਏ। ਅੱਤਵਾਦੀ ਕਿੱਥੇ ਦਾ ਵੀ ਖੇਤਾਂ 'ਚ ਕੰਮ ਕਰਨਾ? ਇਹ ਸਾਲਾ ਹੈ ਹੀ ਅੱਤਵਾਦੀ। ਜਨਾਬ ਮੈਂ ਜਾਣਦਾ ਜੀ ਇਹਨੂੰ ਜੀ। ਚੱਪਸ ਬਕਵਾਸ ਕਰਦਾ। ਦੇਖ ਬੱਲਿਆ, ਸਾਡੇ ਤਾਂ ਦੋ ਹੀ ਕੰਮ ਆ, ਲੋਕਾਂ ਨੂੰ ਫਸਾਉਣਾ, ਤੇ ਜੇ ਤਾਂ ਜਾਂਦਾ ਤੂੰ ਸਾਡੇ ਤੋਂ ਡਰ ਤਾਂ ਫਿਰ ਤਾਂ ਸ਼ਾਇਦ ਅਸੀਂ ਤੈਨੂੰ ਬਖਸ਼ ਦਿੰਦੇ, ਪਰ ਹੁਣ ਤਾਂ ਤੇਰਾ ਮਰਨਾ ਜ਼ਰੂਰੀ ਹੋ ਗਿਆ। ਓਏ ਗੱਲਾਂ ਜਗੀ ਕਰਦਾ ਠੋਕ ਦੇ। ਜਨਾਬ ਇਹਨੂੰ ਮੈਨੂੰ ਠੋਕ ਲੈਣ ਦੋ ਜੀ, ਆਹ 15 ਸਾਲ ਹੋ ਗਏ ਜੀ ਮੋਢੇ 'ਤੇ ਠੀਕ ਨਾ ਲੈ ਕੇ, ਮੈਂ ਵੀ ਕੋਈ ਇੱਕ ਅੱਧੇ ਸਟਾਰ ਦਾ ਮੂੰਹ ਦੇਖ ਲਊ। ਸਰ ਕੋਈ ਗੱਲ ਨਹੀਂ, ਮੇਰਾ ਐਤਕੀ ਤੇਰੇ ਲਵਾ ਦਿਆਂ ਸਟਾਰ ਠੋਕ ਦੇ। ਸਾਰੇ ਹੀ ਕਰ ਲੱਗੇ ਜੀ ਮੇਰੇ ਛੋਟੇ ਛੋਟੇ ਬੱਚੇ। ਓ ਜਨਾਬ ਆਹ ਕੀ ਕਰਤਾ ਜੀ, ਨਿਰਦੋਸ਼ ਬੰਦਾ ਮਾਰਤਾ ਜੀ ਤੁਸੀਂ। ਓਏ ਕਾ ਬਣਿਆ ਨਿਰਦੋਸ਼ ਦਾ, ਆਪਦੀ ਡਿਊਟੀ ਕਰਿਆ ਕਰ। ਲਗਭਗ 10-12 ਸਾਲ ਹੋ ਗਏ। ਫੇਰ ਤਾਂ ਇਸ ਏਰੀਏ ਦਾ ਕਾਫੀ ਤਜਰਬਾ ਹੋਣਾ ਤੁਹਾਨੂੰ। ਬਿਲਕੁਲ ਸਰ। ਮੈਨੂੰ ਇੱਕ ਗੱਲ ਦੱਸੋ, ਹਾਂਜੀ, ਇਸ ਏਰੀਏ ਦੇ ਵਿੱਚ ਇੰਨੇ ਅੱਤਵਾਦੀ ਕਿਉਂ ਪਾਏ ਜਾਂਦੇ ਆ? ਕਿਉਂ ਇਹ ਏਰੀਆ ਆਤੰਕਵਾਦ ਦਾ ਜਿਹੜਾ ਸੈਂਟਰ ਬਣਿਆ ਪਿਆ ਹੈ? ਕਿਉਂ ਨੌਜਵਾਨ ਪੀੜ੍ਹੀ ਇਸ ਪਾਸੇ ਵੱਲ ਜਾ ਰਹੀ ਹੈ? ਤੁਹਾਨੂੰ ਕੀ ਦੱਸਾਂ ਸਰ, ਇੱਕ ਮਿੰਟ। ਸਰ ਕੀ ਦੱਸਾਂ, ਕੁੱਤੀ ਚੋਰਾਂ ਨਾਲ ਲੜੀ ਹੋਈ ਹੈ। ਕੀ ਮਤਲਬ ਤੁਹਾਡਾ? ਮਤਲਬ ਇਹ ਕਿ ਆਪਣੇ ਪਾਲ ਥਾਣੇਦਾਰ ਤੇ ਆਪਣੇ ਵੱਡੇ ਸਾਹਿਬ ਤੇ ਨਾਲੇ ਮੰਤਰੀ ਬੇਕਸੂਰ ਮੁੰਡਿਆਂ ਨੂੰ ਚੁੱਕ ਚੁੱਕ ਕੇ ਐਨਕਾਊਂਟਰ ਕਰਕੇ ਮਾਰ ਰਹੇ ਆ। ਕੀ ਕਹਿ ਰਹੇ ਹਰੀ ਸਿੰਘ? ਇਹ ਬਿਲਕੁਲ ਸੱਚ ਹੈ ਸਰ। ਇਹਦਾ ਮਤਲਬ ਮੈਨੂੰ ਮਿਸ ਗਾਈਡ ਕੀਤਾ ਗਿਆ। ਬਿਲਕੁਲ ਸਰ। ਹਰੀ ਸਿੰਘ ਤੁਸੀਂ ਜਾਓ। ਇਹਦਾ ਮਤਲਬ ਜੋ ਮੈਂ ਸੋਚ ਕੇ ਆਇਆ ਸੀ ਇੱਥੇ ਤਾਂ ਸਭ ਕੁਛ ਉਹਦੇ ਉਲਟ ਹੈ। ਕਾਨੂੰਨ ਦੇ ਦਾਇਰੇ ਚ ਰਹਿ ਕੇ ਨਹੀਂ ਕੰਮ ਚੱਲਣਾ, ਕਾਨੂੰਨ ਦੇ ਦਾਇਰੇ ਤੋਂ ਬਾਹਰ ਆ ਕੇ ਮੈਨੂੰ ਕੰਮ ਕਰਨਾ ਪਵੇਗਾ। ਜਦ ਮਹਿਕਮਾ ਹੀ ਇਹ ਕੁਛ ਕਰਾ ਰਿਹਾ ਇਹਦਾ ਮਤਲਬ ਸਖ਼ਤ ਐਕਸ਼ਨ ਲੈਣ ਦੀ ਲੋੜ ਹੈ। ਪਰ ਬਚਾਵਾਂਗਾ ਮੈਂ, ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਚਾਵਾਂਗਾ, ਇਹਦੇ ਲਈ ਮੈਨੂੰ ਕੋਈ ਵੀ ਕੀਮਤ ਕਿਉਂ ਨਾ ਤਾਰਨੀ ਪਵੇ, ਮੈਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਸਿੱਧੇ ਰਸਤੇ ਤੇ ਲੈ ਕੇ ਆਵਾਂਗਾ, ਜ਼ਰੂਰ ਲੈ ਕੇ ਆਵਾਂਗਾ।
ਬਾਈ ਜੀ ਪਾਲੇ ਫੁੱਚੜ ਨੇ ਬੜੀ ਹੱਤ ਮਚਾਈ ਆ। ਇਹਦੇ ਨਾਲ ਨਾਲ ਇੰਸਪੈਕਟਰ ਗਿੱਲ ਵੀ ਘੱਟ ਨਹੀਂ ਬਾਈ, ਤੇ ਜੇ ਇਹਨਾਂ ਨੇ ਕੁਛ ਨਾ ਨਾ ਕੀਤਾ ਇਹ ਪੰਜਾਬ ਖਾਲੀ ਕਰ ਦੇਣੇ ਪੂਰਾ। ਬਿਲਕੁਲ ਸਹੀ ਗੱਲ ਹੈ ਖਾਲਸਾ ਜੀ, ਇਹਨਾਂ ਦੋਨਾਂ ਹੰਕਾਰਿਆਂ ਨੇ ਮੇਰੇ 'ਤੇ ਵੀ ਕੋਈ ਘੱਟ ਤਸੱਦਦ ਨਹੀਂ ਕੀਤਾ। ਖਾਲਸਾ ਜੀ ਇਹ ਸਾਡੀ ਇਕੱਲਿਆਂ ਦੀ ਲੜਾਈ ਨਹੀਂ, ਪੂਰੇ ਪੰਜਾਬ ਦੀ ਲੜਾਈ ਹੈ, ਅਤੇ ਹੁਣ ਚਾਹੇ ਸਾਡੀ ਜਾਨ ਕਿਉਂ ਵੀ ਨਾ ਚਲੀ ਜਾਵੇ, ਇਹੋ ਜਿਹਾ ਇੱਕ ਵੀ ਬੁੱਚੜ ਅਸੀਂ ਹੁਣ ਜਿਉਂਦਾ ਨਹੀਂ ਛੱਡਾਂਗੇ। ਚਾਰ ਸਾਲ ਹੋ ਗਏ ਮੇਰਿਆ, ਸਾਲਾ ਕਿਉਂ ਮਾਰਨਾ, ਗੋਲੀ ਮਾਰ ਦੂੰ ਤੇਰੇ ਮੈਂ। ਮੈਨੂੰ ਨੀ ਪਤਾ ਸੱਚ ਸੱਚ ਦੱਸਦੇ ਓਏ, ਡਰਾਮੇ ਨਾ ਕਰ, ਤੇਰੇ ਮੁੰਡੇ ਨੂੰ ਤਾਂ ਅਸੀਂ ਮਾਰਨਾ ਹੀ ਆ, ਕਿਤੇ ਉਹ ਨਾ ਹੋਵੇ, ਕਿਤੇ ਭੰਗ ਦੇ ਪਾਣੀ ਤੂੰ ਵੀ ਆਪਦੀ ਜਾਨ ਗਵਾ ਲੈ, ਸੱਚ ਸੱਚ ਦੱਸਦੇ। ਪਾਲਿਆ ਹਾਂਜੀ, ਚੜਾ ਦੇ ਸਾਲੇ ਨੂੰ ਗੱਡੀ। ਸਤਿ ਸ਼੍ਰੀ ਅਕਾਲ ਭੈਣ ਜੀ, ਬੈਠੋ ਭੈਣ। ਤੁਹਾਨੂੰ ਪਤਾ ਅੱਜ ਮੈਂ ਥਾਣੇ ਦੇ ਵਿੱਚ ਤੁਹਾਨੂੰ ਕਿਉਂ ਬੁਲਾਇਆ? ਨਹੀਂ ਸਰ, ਅੱਜ ਮੈਂ ਇੱਕ ਖਾਸ ਵਜ੍ਹਾ ਕਰਕੇ ਬੁਲਾਇਆ। ਤੁਸੀਂ ਮਹਿਤਾਬ ਸਿੰਘ ਨੂੰ ਜਾਣਦੇ ਹੋ? ਹਾਂਜੀ ਸਰ, ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ। ਸ਼ਾਇਦ ਤੁਸੀਂ ਚੰਗੀ ਤਰ੍ਹਾਂ ਨਹੀਂ ਜਾਣਦੇ ਉਹਨਾਂ ਨੂੰ। ਤੁਹਾਨੂੰ ਪਤਾ ਪਿਛਲੇ ਦਿਨੀ ਇੱਕ ਬੱਸ ਦੇ ਵਿੱਚੋਂ 5 ਹਿੰਦੂਆਂ ਨੂੰ ਲਾ ਕੇ ਗੋਲੀ ਮਾਰੀ ਸੀ, ਤੇ ਜਿਨ੍ਹਾਂ ਨੇ ਗੋਲੀ ਮਾਰੀ ਸੀ ਉਹਨਾਂ ਦੇ ਵਿੱਚ ਮਹਿਤਾਬ ਸਿੰਘ ਦਾ ਨਾਮ ਆਉਂਦਾ। ਸਰ ਮਹਿਤਾਬ ਵੀਰ ਜੀ ਬਹੁਤ ਹੀ ਚੰਗੇ ਇਨਸਾਨ ਨੇ, ਤੇ ਉਹਨਾਂ ਨੇ ਕਿਸੇ ਵੀ ਹਿੰਦੂ ਨੂੰ ਨਹੀਂ ਮਾਰਿਆ। ਅਸਲ ਵਿੱਚ ਮੈਂ ਵੀ ਇੱਕ ਹਿੰਦੂ ਪਰਿਵਾਰ ਦੀ ਧੀ ਹਾਂ। ਇੱਕ ਵਾਰ ਪਾਲੇ ਥਾਣੇਦਾਰ ਨੇ ਮੇਰੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਸੀ, ਤੇ ਵੀਰ ਜੀ ਨੇ ਮੈਨੂੰ ਉਹਨਾਂ ਤੋਂ ਬਚਾਇਆ ਸੀ। ਸ਼ਾਇਦ ਇਸੇ ਕੁੰਦਕ ਕਰਕੇ ਪਾਲੇ ਥਾਣੇਦਾਰ ਅਤੇ ਹੋਰ ਪੁਲਿਸ ਮੁਲਾਜ਼ਮਾਂ ਨੇ ਵੀਰ ਜੀ ਦੇ ਨਾਲ ਬਹੁਤ ਜ਼ਿਆਦਾ ਕੁੱਟਮਾਰ ਕੀਤੀ, ਤੇ ਮੈਨੂੰ ਐਂ ਲੱਗਦਾ ਇਹੀ ਗੱਲਾਂ ਕਰਕੇ ਵੀਰ ਜੀ ਨੇ ਹਥਿਆਰ ਚੁੱਕ ਲਏ। ਮਹਿਤਾਬ ਵੀਰ ਜੀ ਸਾਨੂੰ ਅੱਜ ਵੀ ਮਿਲਦੇ ਨੇ, ਸਾਡੇ ਹੋਰ ਹਿੰਦੂ ਪਰਿਵਾਰਾਂ ਨੂੰ ਵੀ ਮਿਲਦੇ ਆ, ਸਾਰਿਆਂ ਨਾਲ ਹੀ ਉਹਨਾਂ ਦਾ ਬਹੁਤ ਜ਼ਿਆਦਾ ਮੋਹ ਪਿਆਰ ਆ। ਭੈਣ ਜੀ, ਮਹਿਤਾਬ ਸਿੰਘ ਇੱਕ ਅੱਤਵਾਦੀ ਨੇ, ਬਹੁਤ ਵੱਡੇ ਅੱਤਵਾਦੀ, ਸਰਕਾਰ ਨੇ ਬੜਾ ਵੱਡਾ ਨਾਮ ਰੱਖਿਆ ਉਹਨਾਂ ਦੇ। ਸੋਰੀ ਸਰ, ਅੱਤਵਾਦੀ ਮਹਿਤਾਬ ਵੀਰ ਜੀ ਨਹੀਂ, ਸਾਰੇ ਪੁਲਿਸ ਮੁਲਾਜ਼ਮ ਨੇ। ਇਕੱਲੀ ਮੈਂ ਨਹੀਂ ਕਹਿ ਰਹੀ, ਇਹ ਸਾਰੇ ਪੰਜਾਬ ਦੇ ਲੋਕ ਕਹਿ ਰਹੇ ਨੇ। ਦੇਖੋ ਭੈਣ ਜੀ, ਤੁਹਾਡੀਆਂ ਗੱਲਾਂ ਦੇ ਵਿੱਚ ਮੈਨੂੰ ਸੱਚਾਈ ਨਜ਼ਰ ਆ ਰਹੀ ਹੈ। ਤੁਹਾਨੂੰ ਥਾਣੇ ਦੇ ਵਿੱਚ ਬੁਲਾਉਣਾ ਮੇਰਾ ਇਹੀ ਮਕਸਦ ਸੀ। ਮੈਂ ਨਹੀਂ ਚਾਹੁੰਦਾ ਕਿਸੇ ਬੇਗੁਨਾਹ ਦੇ ਲਹੂ ਦੇ ਨਾਲ ਮੇਰੇ ਹੱਥ ਰੰਗੇ ਜਾਣ, ਇਸ ਕਰਕੇ ਮਹਿਤਾਬ ਸਿੰਘ ਦੀ ਛਾਣਬੀਣ ਕਰਨਾ ਮੇਰੇ ਵਾਸਤੇ ਬੜੀ ਅਤੀ ਜ਼ਰੂਰੀ ਸੀ। ਤੁਸੀਂ ਉਹਨਾਂ ਬਾਰੇ ਦੱਸਿਆ
ਸਾਡੇ ਮਹਿਕਮੇ ਦੇ ਪਾਲੇ ਥਾਣੇਦਾਰ ਬਾਰੇ ਦੱਸਿਆ ਕਿ ਉਸਨੇ ਕਿਸ ਤਰ੍ਹਾਂ ਵਰਦੀ ਨੂੰ ਕਲੰਕਿਤ ਕੀਤਾ। ਜੇ ਲੋੜ ਪਈ ਤਾਂ ਭੈਣ ਜੀ ਹੁਣ ਮੈਂ ਤੁਹਾਨੂੰ ਥਾਣੇ ਨਹੀਂ ਬੁਲਾਉਂਦਾ, ਮੈਂ ਖੁਦ ਤੁਹਾਡੇ ਘਰੇ ਆਵਾਂ। ਮੈਂ ਨਹੀਂ ਚਾਹੁੰਦਾ ਕਿਸੇ ਧੀ ਭੈਣ ਨੂੰ ਮੈਂ ਵਾਰ ਵਾਰ ਥਾਣੇ ਬੁਲਾਵਾਂ। ਹਰੀ ਸਿੰਘ, ਭੈਣ ਜੀ ਨੂੰ ਘਰ ਤੱਕ ਛੱਡ ਕੇ ਆਇਆ। ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ ਭੈਣ ਜੀ ਤੁਹਾਡਾ। जय हिंद सर। अल्लाह सिंह, ये मैं की देख रहे हैं एरिए दे विच, ये चल की रहा है इत्थे? सर सब कुछ बहुत बढ़िया चल रहा है जी, सब कुछ इज ओके, नॉर्मल चल रहा है सब कुछ। कुछ भी नॉर्मल नहीं चल रहा इत्थे, मैनू सारा पता है। की कर रहे हैं तुसी? ड्यूटी कर रहे हैं जी, और की कर रहे हैं? ओ मड़ाक पिंड दा नौजवान जसविंदर सिंह पुत्र हरनाम सिंह, की होया सी उहनू? सर ओ एक अतवादी सी। कौन कहिंदा अतवादी सी? पूरा घंटा उस नाल पुलिस मुकाबला करके फिर उस नूं एनकाउंटर कीता जी। ओ एक किसान दा पुत सी जिहनू तुसी मारिया है, ਕਿਵੇਂ ਅੱਤਵਾਦੀ ਕਹਿ ਸਕਦੇ ਆ? ਸਰ ਉਸ ਕੋਲੋਂ ਕਾਰਬਨ ਫੜੀਚੀ ਹੈ ਜੀ। ਉਹ ਯਾਰ ਕਿਸਾਨਾਂ ਦੇ ਮੁੰਡਿਆਂ ਕੋਲੇ ਕਾਰਬਨ ਕਦੋਂ ਤੋਂ ਆਉਣ ਲੱਗ ਗਈ? ਇਹਨਾਂ ਕੋਲੇ ਤਾਂ ਕਈਆਂ ਤੇ ਦਾਤੀਆਂ ਹੁੰਦੀਆਂ ਸੀ। ਮੈਨੂੰ ਸਹੀ ਸਹੀ ਗੱਲ ਦੱਸੋ। ਸਰ ਮੇਰੀ ਗੱਲ ਸੁਣੋ, ਤੁਸੀਂ ਜਿੱਥੋਂ ਮਰਜ਼ੀ ਪਤਾ ਕਰ ਲਓ, ਪਿੰਡ 'ਚੋਂ ਮੈਂ ਤੁਹਾਨੂੰ ਸਬੂਤ ਪੇਸ਼ ਕਰ ਦੇਣਾ ਉਹਦੇ ਖਿਲਾਫ। ਬਾਲਾ ਸਿੰਘ, ਮੈਂ ਇਸ ਕੇਸ ਦੀ ਪੂਰੀ ਇਨਕੁਆਇਰੀ ਕਰਾਉਣੀ ਹੈ। ਕੋਈ ਵੀ ਦੋਸ਼ੀ ਪਾਇਆ ਗਿਆ ਨਾ ਤੇ ਉਹਨੂੰ ਸਖਤ ਤੋਂ ਸਖਤ ਸਜ਼ਾ ਦਵਾ ਕੇ ਹਟਾਂਗਾ। ਸਰ ਤੁਸੀਂ ਕੈਸੀਆਂ ਗੱਲਾਂ ਕਰ ਰਹੇ ਹੋ? ਵੱਡੇ ਸਾਹਿਬ ਮੇਰੇ ਨਾਲ ਸੀਗੇ ਉਸ ਟਾਈਮ। ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲਓ, ਚੰਦ ਪੈਸਿਆਂ ਦੀ ਖਾਤਰ ਤੇ ਮੋਢਿਆਂ ਤੇ ਸਟਾਰ ਵਧਾਉਣ ਦੀ ਖਾਤਰ ਆ ਜਿਹੜੇ ਤੁਸੀਂ ਗੈਰ ਕਾਨੂੰਨੀ ਕੰਮ ਕਰ ਰਹੇ ਹੋ ਨਾ, ਇਹ ਬੰਦ ਕਰ ਦਿਓ, ਬੰਦ ਕਰ ਦਿਓ। ਜਿਨ੍ਹਾਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਕਿਤਾਬਾਂ ਹੋਣੀਆਂ ਚਾਹੀਦੀਆਂ ਸੀ, ਤੁਸੀਂ ਹਥਿਆਰ ਚੱਕਣ ਲਈ ਮਜਬੂਰ ਕਰ ਰਹੇ ਹੋ। ਤੇ ਮੈਂ ਇਸ ਕੇਸ ਦੀ ਇਨਕੁਆਇਰੀ ਕਰਾ ਕੇ ਦੋਸ਼ੀਆਂ ਨੂੰ ਸਲਾਖਾਂ ਦੇ ਅੰਦਰ ਕਰਾਵਾਂਗਾ। ਠੀਕ ਹੈ ਸਰ, ਜਿਵੇਂ ਤੁਹਾਡੀ ਮਰਜ਼ੀ ਕਰੋ, ਅਸੀਂ ਸੱਚੇ ਹਾਂ, ਸਾਨੂੰ ਕੀ ਡਰ। ਗੈਟ ਆਊਟ ਬਾਲਾ ਸਿੰਘ। ਠੀਕ ਹੈ ਸਰ, ਚਲੇ ਜਾਂਦੇ ਜਨਾਬ। ਆਹ ਦੇਖੋ, ਇੱਕ ਆਪਣੇ ਡੀ ਜੀ ਪੀ ਸਾਹਿਬ ਗਿੱਲ, ਇੱਕ ਤੁਸੀਂ ਗਿੱਲ, ਅਖਬਾਰਾਂ 'ਚ ਗਿੱਲ ਸਾਹਿਬ ਗਿੱਲ ਸਾਹਿਬ ਹੋਈ ਪਈ ਆ। ਓਏ ਗਿੱਲ ਸਾਹਿਬ ਹੋਵੇ ਕਿਉਂ ਨਾ, ਅਸੀਂ ਨਾ ਪੂਰੇ ਪੰਜਾਬ ਦੀ ਧਰਤੀ ਖੂਨ ਨਾਲ ਲਾਲੋ ਲਾਲ ਕਰਦੇ ਜਨਾਬ। ਇਸੇ ਕਰਕੇ ਤਾਂ ਦੁਨੀਆ ਤੁਹਾਡੇ ਖੌਫ ਤੋਂ ਡਰਦੀ ਆ। ਦੁਨੀਆ ਡਰੇ ਕਿਉਂ ਨਾ, ਸੂਏ ਖਾਲਿਆਂ 'ਚ ਨਾ ਖੂਨ ਪਾਇਆ ਪਾਣੀ ਨੂੰ। ਸਤਿ ਸ਼੍ਰੀ ਅਕਾਲ ਜਨਾਬ। ਸਤਿ ਸ਼੍ਰੀ ਅਕਾਲ ਵੀ, ਬਹਿ ਜਾ। ਪਾਲਾ ਵਿਛੜਾ, ਪਾਲਾ ਵਿਛੜ ਹੋਈ ਪਈ ਹੈ। ਆਹ ਦੇਖ ਕੇ ਜਿਹਨੇ ਅਖਬਾਰ 'ਚ ਖਬਰ ਲਾਈ ਹੈ, ਕਹਿੰਦੇ ਪਾਲਾ ਵਿਛੜ ਨਜਾਇਜ਼ ਬੰਦੇ ਮਾਰਦਾ। ਲੈ ਵੀ ਅੱਜ ਕੱਲ੍ਹ ਤਾਂ ਤੇਰੀ ਫੁੱਲ ਚੜਾਈ ਹੈ। ਉਹ ਕਾਹਦੀ ਚੜਾਈ ਜਨਾਬ? ਕਿਉਂ, ਕੀ ਗੱਲ, ਐਂ ਕਿਉਂ ਬੋਲਦਾ? ਉਹ ਐਂ ਕੀ ਬੋਲਣਾ, ਉਹ ਜਿਹੜਾ ਨਵਾਂ ਸਾਹਿਬ ਆਇਆ ਨਾ, ਉਹ ਤਾਂ ਪਤੰਦਰ ਕੱਬਾ ਹੀ ਬੜਾ। ਕਹਿੰਦਾ ਜਸਵਿੰਦਰ ਸਿੰਘ ਨੂੰ ਤੁਸੀਂ ਨਜਾਇਜ਼ ਮਾਰਿਆ। ਉਹ ਕੋਈ ਗੱਲ ਨੀ, ਕੋਈ ਉਹ ਜੇ 20 ਅਫਸਰ ਦੇਖੇ ਆਪਾਂ, ਨਾਲੇ ਉਹ ਰੈਂਕ ਜਾਪੇ ਨੂੰ ਵੱਧਦਾ, ਪਾਵਰ 'ਚ ਨਹੀਂ, ਜਿੱਦਣ ਧੱਕੇ ਆਇਆ ਨਾ ਠੋਕ ਦੇਣਗੇ। ਮੈਨੂੰ ਕਹਿੰਦਾ ਇੱਕ ਇੱਕ ਦੀ ਇਨਕੁਆਇਰੀ ਕਰਵਾ ਕੇ ਦੇਖੂੰ, ਜਿਹੜਾ ਵੀ ਦੋਸ਼ੀ ਪਾਇਆ ਗਿਆ ਬਖਸ਼ਣਾ ਨਹੀਂ ਕਿਸੇ ਨੂੰ। ਕੋਈ ਗੱਲ ਨਹੀਂ, ਜਿੱਦਣ ਆਪਣੀ ਜਾੜ ਠਾ ਗਿਆ ਆਪਾਂ ਰਗੜ ਦੇਣਗੇ। ਉਹ ਆਪਾਂ ਇੱਥੋਂ ਤੱਕ ਪਹੁੰਚਣ ਨਹੀਂ ਦਿੰਦੇ ਉਹਨੂੰ, ਉਹ ਤੂੰ ਚਿੰਤਾ ਨਾ ਕਰ, ਬੇਫਿਕਰ ਹੋ ਜਾ। ਠੀਕ ਹੈ ਜੀ, ਸਾਰੇ ਕੰਮ ਹੋਣ ਵਾਲੇ ਆ ਤੇ ਆਪਣੇ ਸਾਰੇ ਕੰਮਾਂ ਦੇ ਵਿੱਚ ਬਹੁਤ ਜ਼ਿਆਦਾ ਦਖਲ ਅੰਦਾਜ਼ੀ ਕਰ ਰਿਹਾ। ਰੇਸ਼ਮ ਸਿੰਘ ਇੰਨਾ ਗੰਦਾ ਬੰਦਾ ਨਾ ਜੀ, ਉਹਦੀ ਕਿੱਲਾ ਸਰ ਉਹਦੀ ਧੌਣ 'ਚ। ਗੁੱਡ ਮਾਰਨਿੰਗ ਸਰ। ਗੁੱਡ ਮਾਰਨਿੰਗ ਰੇਸ਼ਮ ਸਿੰਘ, ਅੱਜ ਕੱਲ੍ਹ ਤੇਰੀਆਂ ਸ਼ਿਕਾਇਤਾਂ ਬਹੁਤ ਆ ਰਹੀਆਂ ਨੇ। ਸਰ ਮੇਰੀਆਂ ਸ਼ਿਕਾਇਤਾਂ? ਮੈਂ ਸਮਝਿਆ ਨਹੀਂ। ਤੈਨੂੰ ਹੁਣ ਮੈਂ ਸਮਝਾਉਣਾ, ਮੈਂ ਤੇਰਾ ਬੋਰੀ ਬਿਸਤਰਾ ਗੋਲ ਕਰ ਦੂੰਗਾ। ਤੁਸੀਂ ਮੇਰੇ ਖਾਸ ਬੰਦਿਆਂ ਦੀ ਡਿਊਟੀ ਦੇ ਵਿੱਚ ਬਹੁਤ ਦਖਲ ਅੰਦਾਜ਼ੀ ਕਰਦੇ ਹੋ। ਸਰ ਮੈਂ ਸਮਝਿਆ ਨਹੀਂ।
ਤੁਹਾਡੇ ਖਾਸ ਬੰਦੇ ਕੌਣ ਹੋ ਸਕਦੇ ਹੈ? ਓ ਆਈ ਸੀ, ਹੁਣ ਸਮਝਿਆ ਸਰ। ਸ਼ੁਕਰ ਹੈ ਤੈਨੂੰ ਸਮਝ ਤਾਂ ਆ ਗਈ। ਗਿੱਲ ਸਾਹਿਬ ਤੇ ਪਾਲ ਥਾਣੇਦਾਰ ਮੇਰੇ ਵਫ਼ਾਦਾਰ ਆਦਮੀ ਨੇ। ਸਰ ਤੁਹਾਡੇ ਵਫ਼ਾਦਾਰ ਤਾਂ ਹੋ ਸਕਦੇ ਹੈ, ਪਰ ਉਹ ਪੰਜਾਬ ਦੇ ਵਫ਼ਾਦਾਰ ਨਹੀਂ। ਅੱਛਾ, ਤੁਹਾਨੂੰ ਪਤਾ ਹੈ ਇਸ ਇਲਾਕੇ ਦੇ ਵਿੱਚ ਜੋ ਅੱਤਵਾਦ ਹੈ ਉਹਨਾਂ ਨੇ ਖਤਮ ਕੀਤਾ? ਅੱਤਵਾਦ ਸਰ ਉਹਨਾਂ ਨੇ ਖਤਮ ਕੀਤਾ? ਸੋਰੀ ਸਰ, ਸ਼ਾਇਦ ਤੁਹਾਨੂੰ ਪਤਾ ਨਹੀਂ, ਉਹਨਾਂ ਨੇ ਅੱਤਵਾਦ ਖਤਮ ਨਹੀਂ, ਅੱਤਵਾਦ ਪੈਦਾ ਕੀਤਾ। ਪਤਾ ਨਹੀਂ ਕਿੰਨੇ ਬੇਕਸੂਰ ਨੌਜਵਾਨਾਂ ਦੀ ਕੁੱਟਮਾਰ ਕਰਕੇ ਉਹਨਾਂ ਨੂੰ ਅੱਤਵਾਦ ਦੇ ਰਸਤੇ 'ਤੇ ਚੱਲਣ ਲਈ ਮਜਬੂਰ ਕੀਤਾ ਸਰ, ਅਤੇ ਪਤਾ ਨਹੀਂ ਕਿੰਨੇ ਨੌਜਵਾਨਾਂ ਦੀਆਂ ਜਾਨਾਂ ਲਈਆਂ ਉਹਨਾਂ ਨੇ। ਤੂੰ ਮੈਨੂੰ ਸਮਝਾ ਰਿਹਾ, ਤੂੰ ਮੈਨੂੰ ਹੁਕਮ ਦੇ ਰਿਹਾ, ਤੂੰ ਮੇਰਾ ਗੁਲਾਮ ਹੈ ਗੁਲਾਮ। ਸੋਰੀ ਸਰ, ਮੈਂ ਤੁਹਾਡਾ ਗੁਲਾਮ ਨਹੀਂ, ਮੈਂ ਜਨਤਾ ਦਾ ਸੇਵਕ ਹੈ। ਇਹ ਵਰਦੀ ਕਿਸੇ ਦੀ ਗੁਲਾਮ ਨਹੀਂ ਹੋ ਸਕਦੀ। ਇਹ ਵਰਦੀ ਸਾਨੂੰ ਸਾਡਾ ਫਰਜ਼ ਸਿਖਾਉਂਦੀ ਹੈ, ਅਤੇ ਮੈਂ ਜਿੱਥੇ ਵੀ ਨੌਕਰੀ ਕੀਤੀ ਹੈ ਇਮਾਨਦਾਰੀ ਨਾਲ ਕੀਤੀ ਹੈ, ਅਤੇ ਅੱਗੇ ਤੋਂ ਵੀ ਜਿਹੜੀ ਨੌਕਰੀ ਕਰਾਂਗਾ ਇਮਾਨਦਾਰੀ ਨਾਲ ਕਰਾਂਗਾ, ਅਤੇ ਇਸ ਪੰਜਾਬ ਨੂੰ ਬਚਾਉਣ ਲਈ ਮੈਂ ਆਪਣੀ ਜਿੰਦ ਜਾਨ ਲਾ ਦਿਆਂਗਾ। ਸੋਰੀ ਸਰ, ਮੈਂ ਤੁਹਾਡਾ ਗੁਲਾਮ ਨਹੀਂ। ਗੱਡੋ ਬਸ, ਇਹ ਥੋੜ੍ਹੇ ਜਿਹੇ ਦਿਨਾਂ ਦਾ ਮਹਿਮਾਨ ਹੈ, ਇਹਦੀ ਧੌਣ ਚੋਂ ਕਿੱਲਾ ਮੈਨੂੰ ਕੱਢਣਾ ਹੀ ਪੈਣਾ। ਤੁਸੀਂ ਦੇਖਿਓ ਅੱਗੇ ਕੀ ਹੁੰਦਾ। ਜੈ ਹਿੰਦ ਆਗਿਲ। ਜੈ ਹਿੰਦ ਮਹਿਤਾ ਜੀ। ਮੰਤਰੀ ਸਾਹਿਬ, ਬੜਾ ਨੀਵੀਂ ਮੈਂ ਆਪ ਜਾਂਦਾ, ਕੀ ਗੱਲ ਹੋ ਗਈ? ਮੰਤਰੀ ਸਾਹਿਬ, ਲੱਗਦਾ ਤੁਸੀਂ ਉਹਦੀ ਚੂੜੀ ਕੁਛ ਜ਼ਿਆਦਾ ਟਾਈਟ ਕਰਤੀ। ਉਹ ਹਾਂ, ਮੇਰੇ ਕੋਲ ਆਇਆ ਸੀ, ਮੈਂ ਉਹਦੀ ਚੂੜੀ ਕੁਛ ਜ਼ਿਆਦਾ ਟਾਈਟ ਕਰਕੇ ਭੇਜਿਆ। ਇਹ ਬੰਦਾ ਬਾਗੀ ਹੋ ਗਿਆ, ਇਹਦਾ ਕੋਈ ਹੱਲ ਕਰੋ। ਇਹਨੂੰ ਤਾਂ ਮੈਂ ਪਾਸੋਂ ਹੀ ਮਾਰ ਲਿਆ ਸੀ, ਫਿਰ ਮੈਂ ਸੋਚਿਆ ਮੰਤਰੀ ਸਾਹਿਬ ਦੀ ਯਾਦ ਰਹਿ ਲਈਏ। ਲੈ, ਮੇਰੇ ਵੱਲੋਂ ਤਾਂ ਤੁਹਾਨੂੰ ਫੁੱਲ ਆਰਡਰ ਹੈ। ਉਹ ਤੁਹਾਡਾ ਆਰਡਰ ਹੀ ਤਾਂ ਸਾਨੂੰ ਚਾਹੀਦਾ ਸੀ ਮੰਤਰੀ ਸਾਹਿਬ, ਹੁਣ ਵੇਖਿਓ ਫਿਰ ਕੀ ਬਣਦਾ। ਮੰਤਰੀ ਸਾਹਿਬ, ਅਗਰ ਇਹ ਬੰਦਾ ਵੱਜ ਗਿਆ ਨਾ ਤਾਂ ਆਪਣਾ ਨਾਮੋ ਨਿਸ਼ਾਨ ਨਹੀਂ ਰਹਿਣਾ। ਹੁਣ ਪਰਸੋਂ ਦੇ ਅਖਬਾਰ 'ਚ ਇਹਦੀ ਮੌਤ ਦੀ ਖਬਰ ਆਈ, ਲਓ ਸਮਝੋ। ਇਹਨੂੰ ਛੇਤੀ ਦੇਣਾ ਕਿਸੇ ਖੂਹ ਟੋਭੇ ਦੇ ਵਿੱਚ ਖਪਾ ਦਿਓ। ਹੁਣ ਤੁਸੀਂ ਵੇਖ ਲਓ, ਪਰਸੋਂ ਇਹਦੀ ਮੌਤ ਕਨਫਰਮ ਹੈ। ਇਹ ਮੇਰੀ ਸੰਜੀਤ ਤੇ ਖੱਬੀ ਬਾਹ ਨੇ। ਵਾਕਈ ਮੰਤਰੀ ਸਾਹਿਬ, ਬੰਦੇ ਤਾਂ ਤੁਹਾਡੇ ਹੀਰੇ ਨਹੀਂ ਜੀ। ਬਾਈ ਜੱਸੀ, ਮੈਂ ਸੁਣਿਆ ਪੁਲਿਸ ਨੇ ਤੈਨੂੰ ਵੀ ਕਾਫੀ ਤੰਗ ਪਰੇਸ਼ਾਨ ਕੀਤਾ। ਕੀ ਦੱਸਾਂ ਬਾਈ ਤੈਨੂੰ, ਉਹ ਦਿਨ ਜਦੋਂ ਮੇਰੇ ਯਾਦ ਆਉਂਦੇ ਨੇ ਦੇ ਵਿੱਚੋਂ ਪਾਣੀ ਆਉਣ ਲੱਗ ਜਾਂਦਾ ਬਾਈ। ਆਰਡੀ ਐਸਪੀ ਨੇ ਮੇਰੇ ਵੀ ਕੇਸ ਹੁੰਦੇ ਸੀ ਬਾਈ, ਤੇ ਮੇਰੇ ਵੀ ਤੇਰੇ ਵਾਂਗ ਲੰਮਾ ਲੰਮਾ ਨਾਰਾ ਹੁੰਦਾ ਸੀ ਬਾਈ, ਤੇ ਬਾਈ ਬਾਈ ਮੇਰੇ ਕੇਸ ਕਤਲ ਕਰ ਦਿੱਤੇ ਗਏ, ਤੇ ਮੈਨੂੰ ਬਣਾਇਆ ਅੱਤਵਾਦੀ ਬਣਾ ਦਿੱਤਾ ਗਿਆ ਬਾਈ। ਤੇ ਬਾਈ ਮੈਂ ਤਾਂ ਬਹੁਤ ਗਰੀਬ ਘਰੋਂ ਸੀ ਬਾਈ। ਉਹ ਤੂੰ ਬੇਫਿਕਰ ਹੋ ਜਾ, ਕੋਈ ਗਰੀਬ ਨਹੀਂ, ਹੌਸਲਾ ਰੱਖ ਜੱਸੀ, ਤੇਰੇ ਕੇਸ ਹੀ ਕਤਲ ਹੋਏ ਆ, ਸਿੱਖੀ ਤਾਂ ਤੇਰੇ ਅੰਦਰ ਹੈਗੀ ਆ ਨਾ ਬਾਈ। ਮੇਰੇ ਬਾਪੂ ਨੂੰ ਨੇ ਉਹ ਰੋਨਾ ਕਿਉਂ ਯਾਰ, ਸ਼ੇਰ ਬਣ ਸ਼ੇਰ। ਸੀ ਮਨ ਕਿਉਂ ਹੌਲਾ ਕਰਦਾ, ਸ਼ੇਰ ਬਣ ਸ਼ੇਰ, ਸਿੰਘ ਤੇ ਸੂਰਮੇ ਕਦੇ ਰੋਇਆ ਨਹੀਂ ਕਰਦੇ, ਦਿਲ ਰੱਖ ਦਿਲ, ਉਹਨਾਂ ਦੇ ਪੱਚਰੇ ਡਾ ਦਿਆਂਗੇ ਪੱਚਰੇ,
ਚੱਲਣਾ ਹੋਵੇ ਤਾਂ ਅੱਜ ਕਿਵੇਂ ਰਾਹ ਭੁੱਲ ਗਏ? ਮਹਿਤਾਬ ਸਿੰਘ, ਅੱਜ ਮੈਂ DSP ਬਣ ਕੇ ਨਹੀਂ ਆਇਆ, ਅੱਜ ਮੈਂ ਇੱਕ ਭਰਾ ਬਣ ਕੇ ਆਇਆ। ਸ਼ੁਕਰ ਆ ਵਾਹਿਗੁਰੂ। ਆ ਜਾਓ, ਹੋਰ ਦੱਸੋ ਕੀ ਚੱਲ ਰਿਹਾ? ਮਹਿਤਾਬ ਸਿੰਘ, ਪੰਜਾਬ ਦੇ ਹਾਲਾਤਾਂ ਨੂੰ ਵੇਖ ਕੇ ਸੀਨਾ ਛਲਣੀ ਹੋ ਰਿਹਾ ਹੈ, ਤੇ ਅੱਜ ਬੜੀ ਵੱਡੀ ਉਮੀਦ ਲੈ ਕੇ ਆਇਆ ਤੁਹਾਡੇ ਕੋਲ ਮੈਂ। ਦੱਸੋ DSP ਸਾਹਿਬ, ਅਸੀਂ ਕੀ ਕਰ ਸਕਦੇ ਹਾਂ ਤੁਹਾਡੀ ਸੇਵਾ ਵਿੱਚ? ਮਹਿਤਾਬ ਸਿੰਘ, ਹਰ ਰੋਜ਼ ਪੰਜਾਬ ਦੀ ਧਰਤੀ 'ਤੇ ਖੂਨ ਖਰਾਬਾ ਹੋ ਰਿਹਾ ਹੈ। ਜੇ ਤੁਸੀਂ ਮੇਰੀ ਗੱਲ ਮੰਨੋ, ਇਹ ਖੂਨ ਖਰਾਬਾ ਬੰਦ ਕਰਕੇ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦਿਓ ਤਾਂ ਇਹ ਖੂਨ ਖਰਾਬਾ ਸਾਰਾ ਬੰਦ ਹੋ ਜਾਏਗਾ। DSP ਸਾਹਿਬ, ਖੂਨ ਖਰਾਬਾ ਕੌਣ ਕਰ ਰਿਹਾ? ਮਹਿਤਾਬ ਸਿੰਘ, ਜੋ ਪੰਜਾਬ ਦੇ ਹਾਲਾਤ ਹੈ ਇਹ ਕਿਸੇ ਤੋਂ ਗੁੱਝੇ ਨਹੀਂ, ਤੁਹਾਨੂੰ ਵੀ ਪਤਾ ਹੈ ਤੇ ਮੈਨੂੰ ਵੀ ਪਤਾ ਹੈ। ਤੇ ਮੈਂ ਤਾਂ ਇੱਕ ਪਾਸੇ ਕਾਨੂੰਨ ਦਾ ਰਖਵਾਲਾ ਹੈ, ਇੱਕ ਪਾਸੇ ਪੰਜਾਬ ਦਾ ਪੁੱਤ ਹੈ, ਇਸ ਕਰਕੇ ਮੈਂ ਆਪਣਾ ਫਰਜ਼ ਸਮਝਿਆ ਤੇ ਇਸੇ ਕਰਕੇ ਮੈਂ ਚੱਲ ਕੇ ਤੁਹਾਡੇ ਕੋਲ ਆਇਆ ਵੱਡੀ ਉਮੀਦ ਲੈ ਕੇ ਕਿ ਤੁਸੀਂ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦਿਓ ਤੇ ਇਹ ਖੂਨ ਖਰਾਬਾ ਬੰਦ ਕਰ ਦਿਓ। DSP ਸਾਹਿਬ, ਪਹਿਲੀ ਗੱਲ ਇਹ ਕਿ ਖੂਨ ਖਰਾਬਾ ਅਸੀਂ ਨਹੀਂ ਕਰਦੇ, ਖੂਨ ਖਰਾਬਾ ਤੁਹਾਡੇ ਮੁਲਾਜ਼ਮ ਕਰਦੇ। ਸਾਡੇ ਬੇਕਸੂਰ ਨੌਜਵਾਨਾਂ ਦਾ ਸ਼ਰੇਆਮ ਭਜਾ ਭਜਾ ਕੇ ਕਤਲ ਕਰ ਰਹੇ ਹੈ। ਮਹਿਤਾਬ ਸਿੰਘ, ਸਾਰੇ ਪੁਲਿਸ ਮੁਲਾਜ਼ਮ ਇੱਕੋ ਜਿਹੇ ਨਹੀਂ ਹੁੰਦੇ। ਮੈਨੂੰ ਪਤਾ ਹੈ ਕਿ ਸਾਡੇ ਮਹਿਕਮੇ ਦੇ ਵਿੱਚ ਵੀ ਬਹੁਤ ਸਾਰੀਆਂ ਘਾਟਾਂ ਹੈ, ਇਸ ਅੱਤਵਾਦ ਨੂੰ ਫੈਲਾਉਣ ਦੇ ਵਿੱਚ ਸਾਡੇ ਮਹਿਕਮੇ ਦਾ ਵੀ ਬੜਾ ਵੱਡਾ ਯੋਗਦਾਨ ਹੈ, ਪਰ ਫਿਰ ਵੀ ਮੈਂ ਤੁਹਾਨੂੰ ਕਹਿੰਦਾ ਕਿ ਇਸ ਜੰਗ ਨੂੰ ਬੰਦ ਕਰ ਦਿਓ, ਇਸ ਜੰਗ ਨੂੰ ਬੰਦ ਕਰ ਦਿਓ। ਮਹਿਤਾਬ ਸਿੰਘ, ਬਸ DSP ਸਾਹਿਬ ਬਸ, ਇਹ ਜੰਗ ਜਿਹੜੀ ਅਸੀਂ ਸ਼ੁਰੂ ਕੀਤੀ ਹੈ ਇਹ ਜੰਗ ਕਦੇ ਖਤਮ ਨਹੀਂ ਹੋਵੇਗੀ, ਮੇਰੀ ਮੌਤ ਤੋਂ ਬਾਅਦ ਵੀ ਨਹੀਂ ਖਤਮ ਹੋਵੇਗੀ। DSP ਸਾਹਿਬ, ਇਹ ਜੰਗ ਸਾਡੀ ਸਿੱਖ ਕੌਮ ਦੀ ਹੋਂਦ ਨੂੰ ਬਚਾਉਣ ਲਈ ਹੈ, ਨਾ ਕਿ ਕਿਸੇ ਸਵਾਰਥ ਲਈ। ਇਹ ਜੰਗ ਜਾਰੀ ਰਹੇਗੀ। ਮਹਿਤਾਬ ਸਿੰਘ, ਹਰ ਇਨਸਾਨ ਦੇ ਹਿਰਦੇ ਦੇ ਵਿੱਚ ਦਿਲ ਹੁੰਦਾ ਹੈ, ਸਾਡੇ ਹਿਰਦੇ ਦੇ ਵਿੱਚ ਵੀ ਦਿਲ ਹੈ। ਬੇਸ਼ੱਕ ਮੈਂ ਕਾਨੂੰਨ ਦੀ ਵਰਦੀ ਪਾਈ ਹੋਈ ਹੈ, ਪਰ ਕੌਮ ਦਾ ਦਰਦ ਤਾਂ ਮੇਰੇ ਦਿਲ ਵਿੱਚ ਵੀ ਹੈ। ਮੈਂ ਵੀ ਚਾਹੁੰਦਾ ਕਿ ਸਾਡੀ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ, ਪਰ ਇਹਦਾ ਹੱਲ ਖੂਨ ਖਰਾਬਾ ਨਹੀਂ। ਤੇ ਮੈਂ ਤਾਂ ਬੜੀ ਵੱਡੀ ਉਮੀਦ ਲੈ ਕੇ ਆਇਆ ਸੀਗਾ ਕਿ ਤੁਸੀਂ ਕਾਨੂੰਨ ਦੀ ਮੁੱਖ ਧਾਰਾ ਦੇ ਵਿੱਚ ਸ਼ਾਮਲ ਹੋ ਜਾਓ। ਹਾਂ, ਇੱਕ ਗੱਲ ਜ਼ਰੂਰ ਕਹਾਂਗਾ, ਜੇਕਰ ਤੁਸੀਂ ਮੇਰਾ ਕਹਿਣਾ ਮੰਨ ਲਓ ਤਾਂ ਤੁਹਾਡਾ ਕੇਸ ਮੈਂ ਖੁਦ ਲੜਾਂਗਾ। ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਇਨਸਾਫ ਮਿਲੇ। ਮਹਿਤਾਬ ਸਿੰਘ, ਤੁਹਾਨੂੰ ਸਾਰਿਆਂ ਨੂੰ ਇਨਸਾਫ ਮਿਲੇ, ਤੇ ਬੜੀ ਵੱਡੀ ਉਮੀਦ ਲੈ ਕੇ ਆਇਆ ਸੀ। ਅੱਗੇ ਤੁਹਾਡੀ ਮਰਜ਼ੀ ਹੈ ਮਹਿਤਾਬ ਸਿੰਘ, ਮੇਰਾ ਜੋ ਫਰਜ਼ ਬਣਦਾ ਸੀ ਮੈਂ ਤੁਹਾਨੂੰ ਕਹਿ ਚੱਲਿਆ। ਚੰਗਾ ਮਹਿਤਾਬ ਸਿੰਘ, ਚੱਲਦਾ ਮੈਂ।
धन्यवाद। गल सुनो जवानो, कित होर पास ही तो लंघ गया, फला टाइम हो गया आया नहीं अज तक। नहीं जनाब, पक्की खबर आ, इसे रास्ते आऊगा, बाकी रास्ता ही एक आ जी, होर जाऊ किधर? आओ लो जी, आओ आ गई गड्डी। इत्थे ही करदे फिरदे आ साडे मुलाजम, ओह वी पाले होरी किते किसे होर वड्डी वारदात नूं अंजाम तां नहीं देण लगे, किते किसे होर नौजवान दा झूठा मुकाबला बनाउण दी ताक विच तां नहीं? मैनूं वेखना चाहीदा है। गिल साहब की चल रहा है सब कुछ? मैं तुहानू पुछ रहा, डब्बा मिल के आ गया अत्तवत करू, ओए की बकवास करदे है, मैं सीनियर हां तुहाडा सीनियर, सीना टीके चट्ठे खूजा, ओए मरियां जमीरां वालियो इत्थे करदे की है तुसी? असी बकवास नहीं करदे, तेरा मक्कू ठप्पण आए हैं मक्कू। लगदा है तुसी प्यार दी भाषा नहीं समझदे, तुहानू दूजी भाषा समझाउणी पऊगी। पंजाब दे दुश्मन, मेरे तो बहुत वड्डी गलती होई है, जे मैनू पहला पता हुंदा ते मैं तुहानू पहले ही ठोक देना सी। ओए जे तू छड़ता तां लै मैं ठोक दूंगा। जनाब हुण इहदा की करिए, आ की आपा कर बैठे? ओए की करना, अखबार दी ताजा खबर, एक ईमानदार डीएसपी दा दिन दिहाड़े अत्तवादियों वल्लों गोलियां मार के कतल। जय हिंद मंत्री साहब। जय हिंद नेता जी। जय हिंद, जय हिंद, आओ बैठो। मंत्री साहब एक बहुत वड्डी खुशखबरी है, दसा कि ना दसा? कहना खुशखबरी है, ना दसन आली की गल है? ओ दस। घंटा होया मंडी एसपी टोलदा। अच्छा, ओ बा मेरे पकड़ा, तू तो मेरे मन दिया रीझा पूरिया करतीया, ओ तो अपनी कड़े की हड्डी बनिया मेरे सी हड्डी, तू तो मेरे गल विच ओ हड्डी कढ़ दी। होगी ना सारी टेंशन दूर? हां टेंशन अपने पूरी दूर होगी। ओ बैठ गिल्ला बैठ, पैग शैग लाने आ, पार्टी शार्टी करते आ। ओ नहीं मंत्री साहब, मैनू ना घरे काम है, रिश्तेदार आया यार मैं जाना। तो यार रिश्तेदार मेरे नो चंगे हो गए? ओ नहीं मंत्री साहब, समझा करो फैमिली प्रॉब्लम है, ओ थोड़ा समझा करो, जाना पे। ठीक है ठीक है, चलो ठीक है मंत्री साहब। आए करी रिश्तेदारा दी सेवा सुवा कर ली, पार्टी शार्टी बढ़िया कर दी उन्होंने। ठीक है मंत्री साहब। ठीक है ठीक है, ठीक है ठीक। गया? हां जी गए। लो मेरी गल सुन ले, गिल साहब एक तो सरदार है, दूजा सिर ते पग बंद है, मैनू पगां वालियां तो सख्त नफरत है, तू इन्हां ते विश्वास ना करी। समझ गया नेता जी, जे गिल साहब थोड़ा जा भी सिर चुकूगा ते इनू मैं ठोक दूं, पर मेरा ध्यान रखियो मैं सारी जिंदगी एक स्टार ला के नहीं कढ़नी, एसएसपी बनन दा सुपना वेखी बैठा मैं। ओ तू स्टारा दी चिंता ना कर, स्टारा नाल ता मैं तेरे मोढे भर दूंगा। मैनू पंजाबी नहीं पंजाब चाहिदा, पंजाब दौलत दी। ਬਾਈ ਵਰਗਿਆਂ ਨੂੰ ਆ ਜਾਣਾ ਚਾਹੀਦਾ ਸੀ ਹੁਣ ਤੀਕਰ। ਬਾਈ ਜਾਂਦੇ ਹੋਏ ਬੰਦੇ ਨੂੰ ਟਾਈਮ ਤਾਂ ਲੱਗ ਹੀ ਜਾਂਦਾ, ਤੇ ਬਾਈ ਵਰਗੇ ਗੁਰੂ ਘਰ ਗਏ ਨੇ ਤੇ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੈ। ਬਾਈ ਭੁੱਖ ਤਾਂ ਮੈਨੂੰ ਵੀ ਬਹੁਤ ਲੱਗੀ ਹੈ, ਤੇ ਬਾਈ ਵਰਗੇ ਆਪਣੇ ਵਾਸਤੇ ਪ੍ਰਸਾਦਾ ਲੈ ਕੇ ਹੀ ਆਉਣਗੇ।
ਘਰ ਬਾਰ ਨਹੀਂ ਗਿਆ ਕਿਤੇ ਹੁਣ ਫਿਰ? ਬਾਈ ਮੈਂ ਤਾਂ ਨਹੀਂ ਗਿਆ, ਤੂੰ ਦੱਸ ਆਪਣੇ ਘਰ ਬਾਰੇ ਗਿਆ ਤੂੰ? ਪਾਲਿਆ ਜੀ ਜਨਾਬ, ਛੱਡ ਕੇ ਮਾਰਨਾ ਤਾਂ ਨਜ਼ਾਰਾ ਹੀ ਵੱਖਰਾ, ਨਾਲੇ ਇਹਦਾ ਸਾਲੇ ਦਾ ਅੱਤਵਾਦੀ ਬਣਨ ਦਾ ਸੁਪਨਾ ਪੂਰਾ ਹੋ ਗਿਆ। ਸਾਲਾ ਵੱਡਾ ਅੱਤਵਾਦੀ, ਵੱਡਾ ਅੱਤਵਾਦੀ। ਬਾਈ ਜੱਸੀ ਨੂੰ ਮਾਰਤਾ ਪੁਲਿਸ ਵਾਲਿਆਂ, ਮੈਨੂੰ ਉਹਨੇ ਜਾਣ ਲਈ ਕਹਿਤਾ ਬਾਈ। ਚਲੋ ਚੱਲ ਗਏ। ਨਹੀਂ ਬਾਈ, ਪੁਲਿਸ ਦੀ ਜ਼ਰੂਰ ਕੋਈ ਚਾਲ ਹੋਊਗੀ, ਕਦੇ ਫੇਰ ਵੇਖ ਲਾਂਗੇ ਉਹਨਾਂ ਨੂੰ ਆਪਾਂ। ਪੁਲਿਸ ਬਹੁਤ ਜ਼ਿਆਦਾ ਬਾਈ ਉੱਥੇ। ਕਿਹੜੇ ਕਿਹੜੇ ਸੀ? ਥਾਣੇਦਾਰ ਪਾਲਾ ਬੁੱਚੜ ਤੇ ਉਹਦਾ ਸਾਥੀ ਗਿੱਲ। ਗਿੱਲ ਇਹਨਾਂ ਦਾ ਖਾਤਮਾ ਜ਼ਰੂਰੀ ਆ ਬੋੜ। ਬਾਬਾ ਜੀ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਸਹਿਯੋਗ ਦਿੰਦੇ ਰਹਾਂਗੇ ਜੀ ਪੁੱਤਰ ਸਾਹਿਬ ਆਪਣੇ ਸਿੰਘਾਂ। ਬਾਬਾ ਜੀ ਇੱਕ ਸਾਨੂੰ ਆਸ਼ੀਰਵਾਦ ਦਿਓ। ਆਸ਼ੀਰਵਾਦ ਤਾਂ ਜੀ ਵਾਹਿਗੁਰੂ ਦਾ ਅਕਾਲ ਪੁਰਖ ਦਾ, ਅਸੀਂ ਅਰਦਾਸ ਜ਼ਰੂਰ ਕਰ ਸਕਦੇ ਹਾਂ। ਵਾਹਿਗੁਰੂ ਭਲਾ ਕਰੇ ਆਪਣੇ ਸਾਰੇ ਸਿੰਘਾਂ ਦਾ, ਜੋ ਮਾਮਲਾ ਉਹ ਆਪਾਂ ਜਿੱਤ ਗਏ, ਆਪਣੇ ਤੋਂ ਖੁਸ਼ਹਾਲੀ ਆ। ਬਸ ਬਾਬਾ ਜੀ ਇਹੀ ਚਿੰਤਾ ਸੀ ਕਿ ਅਸੀਂ ਜਿਹੜਾ ਮਿਸ਼ਨ ਸ਼ੁਰੂ ਕੀਤਾ ਉਸ ਮਿਸ਼ਨ 'ਚ ਸਾਨੂੰ ਵਾਹਿਗੁਰੂ ਕਾਮਯਾਬੀ ਦੇਵੇ, ਅਤੇ ਗਿੱਲ ਅਤੇ ਪਾਲੇ ਬੁੱਚੜ ਵਰਗਿਆਂ ਦਾ ਅਸੀਂ ਸੋਧਾ ਆਪ ਲਈ, ਬਸ ਇੰਨੇ ਕੁ ਸਵਾਸ ਸਾਨੂੰ ਵਾਹਿਗੁਰੂ ਬਖਸ਼ ਦੇ, ਕਿਉਂਕਿ ਇਹਨਾਂ ਦੁਸ਼ਟਾਂ ਨੇ ਸਾਡੇ ਬੇਕਸੂਰ ਅਤੇ ਨਿਹੱਤੇ ਸਿੰਘਾਂ ਨੂੰ ਚੁਣ ਚੁਣ ਕੇ ਮਾਰਿਆ ਬਾਬਾ ਜੀ, ਚੁਣ ਚੁਣ ਕੇ ਮਾਰਿਆ। ਬਾਈ ਜੀ ਸੁਣ ਚ ਆਇਆ ਬਾਬਾ ਜੀ ਉਹਨਾਂ ਨੂੰ ਵੀ ਬਹੁਤ ਮੰਦਾ ਚੰਗਾ ਬੋਲਿਆ ਗਿੱਲ। ਗਿੱਲ ਦੀ ਇੰਨੀ ਹਿੰਮਤ? ਬਾਬਾ ਜੀ ਹੁਣ ਗਿੱਲ ਦੇ ਮਾੜੇ ਦਿਨ ਸ਼ੁਰੂ ਹੋ ਗਏ। ਜਿਸ ਦਿਨ ਸਾਲਾ ਸਾਨੂੰ ਮਿਲ ਗਿਆ ਨਾ, ਇਹੋ ਜੀ ਮੌਤ ਮਾਰਾਂਗੇ ਕਿ ਧਰਤੀ ਵੀ ਕੰਬ ਉੱਠੂਗੀ। ਬਾਬਾ ਜੀ ਦਿਓ ਜਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁੱਖਾ ਸਿੰਘ ਜੀ ਬੈਠੋ, ਹੋਰ ਕੋਈ ਜਲ ਪਾਣੀ ਛਕੋਗੇ? ਬਸ ਜੀ ਮਿਹਰਬਾਨੀ ਜੀ, ਅੱਜ ਹੀ ਗਿੱਲ ਥਾਣੇਦਾਰ ਨਾ ਇਕੱਲਾ ਹੀ ਮੋਟਰ 'ਤੇ ਨਹਾਈ ਜਾਂਦਾ ਜੀ। ਅੱਛਾ, ਅੱਜ ਮੌਕਾ ਆ ਤਾਂ ਜੇ ਘਾਲਾਂ ਜਾਵੇ ਜਲਦੀ ਟੱਪ ਜੋ ਜਾਵੜੋ ਨਾ ਭੁਲੋ ਜਾ ਕੇ ਮੇਰਾ ਨਾਂ ਆਉਣਾ ਉਹਦੇ ਵਿੱਚ। ਖਬਰ ਤਾਂ ਪੱਕੀ ਆ, ਬਿਲਕੁਲ ਪੱਕੀ ਖਬਰ ਆ ਜੀ, ਪੱਕੀ। ਤੁਹਾਡਾ ਬਾਅਦ 'ਚ ਕਰਾਂਗੇ ਸੇਵਾ ਪਾਣੀ, ਚਲੋ। ਚੱਲ ਕੋਈ ਨੀ।
खोल गिल। इनकाउंटर स्पेशलिस्ट महताब सिंह जी। महताब सिंह जी हिंदुआ दा कातल कह कातल। गल सुनो ए, नाले मैनू पूरा पता लग गया। पांच हिंदू भरावां दा कतल मैं नहीं तू कीता। तू मरी जमीर वालिया, चंद पैसियां दी खातर हिंदू सिख भाईचारे नू वगाड़ना चाहुंदे आ। लानत है तेरे ते। महताब सिंह जी मैं भी सिर ते दस्तार बांधा, मैं भी सरदार आ। चुप ओए। दस्तार दस्तारा दस्तारा च फर्क है। ओए तू दस्तार बन के मजलूमा ते बेकसूरा ते गोलियां चलाउणा है, ते असी ओना दी राखी लई हिक्कां च गोलियां खाने हैं। बशर्मा तां भाई अपने गुरु साहब ने आख्या बेदोशे ते हत्या नू मारदे नहीं हुंदे। जेड़े तू 12-12 14-14 साल दे बेगनाह मारे है उदो तेनू गुरु साहब ने कुछ नहीं कहा सी। भाई जी मैनू इहदी शकल बहुत भैड़ी लगदी आ साले दी। ओए शकल नहीं इहदी अकल भी भैड़ी है। गल तेरे जुल्मां दा अज अंत होण वाला है। ओए तू केड़े गुरु नू ते केड़े देवी नू मानदा है त्याला जे ओ अज तेनू बचा ले। माफ कर दियो भाई, माफ कर दियो। तेरा अंत आ गया गिल, तेरा अंत आ गया है। सरकारां दे नां ते तप्पा सी तप्पा तू जद जुल्मा दी होवे अत तदी उठदा एक योदा। लैके गुरु दा नाम जो दुष्टां लाउण लई सोदा। जद जुल्मा दी होवे अत तदी उठदा एक योदा। लैके गुरु दा नाम जो दुष्टां लाउण लई सोदा। धर्म दी खातिर लड़न लई जो चक लवे खंडा।
सिंह साहब मेरी मौत। सिंह साहब मैनू माफ कर दे। सिंह साहब मैनू माफ कर दे। मंत्री इस पगड़ी तो तेनू बड़ी नफरत सी ना, ते पंजाब दियां पता नहीं तू किन्नियां पग्गां रोलियां है। मैनू माफ कर दे, मैनू माफ कर दे। ते अज ए पगड़ी ही तेरे अंत दा कारण बनूगी, तेरे अंत दा महताब मैनू माफ कर दे। महताब मैनू माफ कर दे। माती छड़ के पंजाब नू चला जाऊंगा, ते दोबारा पंजाब वाले मुंह नहीं करूंगा। महताब मैनू माफ कर दे। मंत्री तू इस दस्तार नू खत्म करना चाहुंदा सी, इस दस्तार नू सिर ते सजाउण लई पता नहीं साढ़े किन्ने सिंघां ने अपनियां कुर्बानियां दे दित्तियां। इस नू मिटाउण लई तां मीर मन्नू ते अहमद शाह अब्दाली वर्गियां ने जोर ला लिया, ते तू केड़े पाप दी मुड़ी है। मंत्री तेरे पापां दा घड़ा भर चुका है, ते हुण मेरे कोल ज्यादा टाइम नहीं। ध्याड़ा जिन्हू ध्याणा
चलो रखी अड़ ले पाला बुच्चड़। नहीं सरदार जी माफ कर दो मैं। सरदार जी हाँ जी पालिया तेरे मुंह माफी चंगे नहीं लगते। ये शब्द तेरे लिए ठीक नहीं है। इंसानियत का कातल है पालिया तू। तैनू जिन्नी भी भयानक मौत दिती जावे ओनी ही घट है। नहीं सरदार जी तू जिन्ने जख्म सानू दिते है ना इन्ने कोई किसे नू नहीं दिंदा। भुल्लो इन्नी सौखी मौत नहीं मारांगे पालिया तैनू। सरदार जी मैनू माफ कर दो मैं कल नू बदली करा के दिल्ली जा वड़दा मुड़के मैं पंजाब बन्नी मोह नहीं करता सरदार जी। दिल्ली 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 नफरत है सानू दिल्ली तो पालियो। नहीं बस दिल्ली ने सानू बड़े जख्म दिते है ते हुण तैनू दिल्ली दे ही भेज दिए सी। नहीं सरदार जी खड़ा हो। नहीं सरदार जी जिवें तू नहीं सरदार जी साडा सिखां नू मारिया अज तेरा भी शिकार करन दी पालिया। नहीं सरदार जी भज पालिया नहीं माफ कर दो मैनू सरदार जी। पहला था अतवादी ते हुण सिंह साहब बल्ले हो तेरे। ओए जदों तो असी लंगर छकाउणे आ उदों राष्ट्रवादी ते जदों अपने हक्कां लई लड़दे आ उदों अतवादी। ओए तेरी गंदी सोच दी भाई इहदा की करना है। इह वी सितार भालदा सी इहदा कीड़ा चार सौ सारे दा। लो भाई जी पंजाब दे असली दुश्मन खत्म हो चुके होना। नहीं नहीं बबल ये साड़ी गलत फहमी है। पंजाब दे असली दुश्मन ये नहीं ये ता कठपुतलियां ने कठपुतलियां। पंजाब दा असली दुश्मन ता कोई होर ही है ते जिन्ना चिर असी असली दुश्मन तक पहुंच नहीं जांदे ओना चिर ये हथियार ऐसे तरह ऐहो जे कठपुतलियां दे सीने छली करदे रहणगे।